ਸਾਹਿਬ ਦੇ ਹਜ਼ੂਰ ਵਿੱਚ ਬੈਠੀ ਹੋਈ ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੋ ਇੱਥੇ ਅੱਜ ਸਾਰੇ ਲੀਡਰ ਸਾਹਿਬਾਨ ਸਾਰੇ ਪੰਥਕ ਦਰਜੇ ਇੱਥੇ ਪਹੁੰਚੇ ਹਨ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਇਹਨਾਂ ਦਾ ਇੱਕ ਇੱਕ ਕਦਮ ਚੱਲਿਆ ਹੋਇਆ ਮੇਰੇ ਸਿਰ ਮੱਥੇ ਕਬੂਲ ਹੈ। ਵਾਹਿਗੁਰੂ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ। ਸਿੱਖ ਕੌਮ ਵਿੱਚ ਚੜ੍ਹਦੀ ਕਲਾ ਹੋਣੀ ਚਾਹੀਦੀ ਹੈ। ਉਹ ਬੱਚਾ ਮੇਰਾ ਨਹੀਂ ਸੀ, ਸਾਰੀ ਕੌਮ ਦਾ ਸੀ। ਉਸ ਵਿੱਚ ਜਾਣ ਸਮੇਂ ਬੰਦੇ ਆਉਂਦੇ ਆਉਂਦੇ ਰਹਿੰਦੇ ਸਿੱਖ ਕੌਮ ਸੁਣਿਆ ਰਹਿੰਦਾ ਇੱਕ ਰੱਖਣਾ। ਮੇਰੇ ਵੀ ਇਹੀ ਅਰਦਾਸ ਹੈ ਵੀ ਸਿੱਖ ਕੌਮ ਵਿੱਚ ਏਕਾ ਹੋਣਾ ਚਾਹੀਦਾ ਹੈ। ਕੋਈ ਵੀ ਹਸਤੀ ਜੇ ਸਾਡਾ ਇੱਕ ਹੈ ਤੇ ਉਹ ਸਾਡੇ ਅੱਗੇ ਰੁਕ ਨਹੀਂ ਸਕਦੀ। ਜਿਸ ਤਰ੍ਹਾਂ ਅਸੀਂ ਇੱਕ ਘਰ ਨੂੰ ਬਣਾਉਣ ਲਈ, ਇੱਕ ਮਕਾਨ ਨੂੰ ਬਣਾਉਣ ਲਈ ਇੱਕ ਵੱਡਾ ਆਪਣੇ ਘਰ ਦਾ ਜੀਵ ਹੁੰਦਾ ਉਹ ਮੂਹਰੇ ਲਾਉਂਦੇ ਹਾਂ, ਇਸੇ ਤਰ੍ਹਾਂ ਜੇ ਅਸੀਂ ਸਾਰੇ ਵੀ ਆਪ ਵੱਡੇ ਬਣ ਗਏ, ਆਪੋ ਆਪਣੇ ਹੱਥਾਂ ਵਿੱਚ ਵਾਂਗ ਜੋੜ ਲਈਏ ਤੇ ਸਾਡਾ ਕੌਮੀ ਘਰ ਪ੍ਰਾਪਤ ਨਹੀਂ ਹੋਣਾ। ਇਸ ਲਈ ਇਹ ਮੇਲੇ ਦੇ ਇੱਕ ਨੂੰ ਪ੍ਰਧਾਨ ਬਣਾਓ। ਪੰਜ ਪਰਵਾਨ ਪੰਜ ਪ੍ਰਧਾਨ ਪੰਚੇ ਪਵਨ, ਇਹ ਪੰਚਾਂ ਦੀ ਗੱਲ ਹੋਣੀ ਚਾਹੀਦੀ ਹੈ। ਸਾਡਾ ਜਿਹੜਾ ਇਹ ਹੁਣ ਇੱਥੇ ਸਾਰੇ ਆਪਾਂ ਦਰਦ ਬਿਆਨ ਕਰ ਰਹੇ ਹਾਂ, ਇਸ ਦਰਦ ਨੂੰ ਗਾਹਾਂ ਲੈ ਕੇ ਜਾਣਾ, ਸਰਕਾਰਾਂ ਤੱਕ ਪਹੁੰਚ ਕਰਨੀ ਇੱਕ ਬੰਦੇ ਦੇ ਵੱਸ ਦੀ ਗੱਲ ਨਹੀਂ। ਜੇ ਅਸੀਂ ਸਾਰੇ ਹੀ ਏਕਤਾ ਕਰਾਂਗੇ, ਸਾਰੇ ਏਕੇ ਦੀ ਲੜੀ ਵਿੱਚ ਖੜਾਂਗੇ ਤੇ ਅਸੀਂ ਸਾਰਾ ਕੁਛ ਪ੍ਰਾਪਤ ਕਰ ਸਕਦੇ ਹਾਂ। ਇਸ ਲਈ ਸਾਰਿਆਂ ਨੂੰ ਮੇਰੇ ਹੱਥ ਬੰਨ ਕੇ ਬੇਨਤੀ ਹੈ ਵੀ ਕੋਈ ਆਏ ਨਾ ਕਹੇ ਮੈਂ ਹੀ ਇਕੱਲਾ ਕੌਮ ਦਾ ਜ਼ਿੰਮੇਵਾਰ ਹੈ ਜਾਂ ਵਾਰਸ ਹੈ। ਇਕੱਲਾ ਕੋਈ ਵੀ ਨਹੀਂ ਹੋ ਸਕਦਾ, ਇੱਕ ਤੇ ਇੱਕ 11। ਇਸ ਲਈ ਸਾਨੂੰ ਇੱਕ ਦੂਜੇ ਨਾਲ ਮੋਢਾ ਜੋੜ ਕੇ ਤੁਰਨਾ ਹੋਵੇਗਾ। ਇੱਥੇ ਜੇ ਅਸੀਂ ਕਹੀਏ ਵੀ ਇਹ ਮੈਂ ਹੀ ਕਰ ਸਕਦਾ ਤੇ ਹੰਕਾਰ ਵਿੱਚ ਕੁਛ ਨਹੀਂ ਹੁੰਦਾ, ਹੰਕਾਰ ਆ ਸੋ ਮਾਰ। ਇਸ ਲਈ ਸਾਨੂੰ ਨੀਵੇਂ ਹੋ ਕੇ ਕੌਮ ਦੀ ਸੇਵਾ ਕਰਨੀ ਹੈ, ਆਪਣਾ ਆਪ ਗਵਾ ਕੇ ਕੋਈ ਆ ਸਥਾਨ ਜਿੱਥੇ ਬੈਠਣੀ ਹੈ। ਰੋਜ਼ ਮਰਨਾ ਪੈਂਦਾ, ਰੋਜ਼ ਮਰ ਕੇ ਜਿਉਣਾ। ਜਿਹੜਾ ਪਿਛਲਾ ਵਾਰਸ ਹੁੰਦਾ ਉਹ ਜਿੰਦਾ ਹੀ ਸ਼ਹੀਦ ਹੁੰਦਾ। ਮੈਂ ਆਪਦੇ ਆਪ ਨੂੰ ਵੱਡੇ ਭਾਗਾਂ ਵਾਲੇ ਸਮਝਦੀ ਹਾਂ ਵੀ ਗੁਰੂ ਸਾਹਿਬ ਨੇ ਮੈਥੋਂ ਜਿਹੜੀ ਦਾਤ ਲਈ ਹੈ, ਮੈਂ ਇਹ ਦਾਤ ਦੇਣ ਯੋਗ ਨਹੀਂ ਸੀ। ਗੁਰੂ ਸਾਹਿਬ ਨੇ ਆਪ ਹੀ ਪ੍ਰਵਾਨ ਕੀਤੀ ਹੈ, ਆਪੇ ਬੱਚੇ ਤੇ ਉਹਦੇ ਪਿਤਾ ਜੀ ਤੇ ਮੇਰ ਭਰਿਆ ਤਰਕਿਆ ਉਹਦੇ ਫਾਦਰ ਨੂੰ ਸੰਤ ਜਰਮੈਲ ਸਿੰਘ ਜਿਹਦੇ ਸ਼ਹੀਦ ਵਾਰਪਾਲ ਸੀ। ਦੇਖੋ ਉਹਨਾਂ ਦੇ ਮੈਂ ਅੱਜ ਵੀ ਕਹੀ ਉਹ ਇੱਕ ਅਸਲੀ ਸੰਤ ਸੀ, ਅਸਲੀ ਸੰਤ ਰਹੇਗਾ। ਅਸੀਂ ਉਹਨੂੰ ਆਪਦਾ ਮਾਨਾ ਹੈ ਕਿ ਸਾਡਾ ਉਹੀ ਜਾਣੀ ਕਿ ਮੇਨ ਉਹੀ ਸਾਡਾ ਸੰਤ ਰਹੇਗਾ, ਸਾਡਾ ਸੰਤ ਉਹੀ ਹੈ ਉਹੀ ਰਹੇਗਾ। ਸੰਤ ਐਵੇਂ ਹੀ ਬਣ ਜਾਂਦੇ, ਜਿਹੜਾ ਸੰਤ ਹੁੰਦਾ ਉਹ ਰਹਿਣੀ ਸਹਿਣੀ ਅਤੇ ਕਰਨੀ ਦਾ ਪੂਰਾ ਹੋਣਾ ਚਾਹੀਦਾ। ਮੈਂ ਸੰਤਾਂ ਦੇ ਪਰਿਵਾਰ 'ਚ ਬਹੁਤ ਨੇੜੇ ਨੂੰ ਕੀਤੀ ਅਤੇ ਮਾਤਾ ਜੀ ਦੇ ਹਾਲ ਕੋਲ ਸਾਨੂੰ ਗੱਲਾਂ ਕਰ ਰਹੀ ਸੀ ਵੀ ਸੰਤਾਂ ਦੀ ਕਹਿਣਾ ਦੀ 11 ਸਾਲ ਦਾ ਹੀ ਗੱਲ ਪੂਰੀ ਹੋਈ ਸੀ ਅਤੇ ਉਹਨਾਂ ਦਾ ਵੀ ਐਵੇਂ ਨਹੀਂ ਸੀ। ਜਿਹੜਾ 40 ਸਾਲ ਦਾ 45 ਸਾਲ ਸੁੰਦਰ ਸੀ ਉਹਨਾਂ ਵਿੱਚ ਕੁਛ ਹੈ ਸੀ, ਤਾਂ ਇੱਥੋਂ ਤੱਕ ਆਪਾਂ ਮੰਨਦੇ ਹਾਂ ਮੰਨਦੇ ਰਹਾਂਗੇ।
ਇਸ ਲਈ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਜੋ ਬੇਨਤੀ ਹੈ, ਇਸ ਇਕੱਲੇ ਕੁਛ ਨਹੀਂ ਕਰ ਸਕਦੇ, ਅਤੇ ਇਸ ਲਈ ਸਾਨੂੰ ਇੱਕ ਦੇ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਇਸ ਕੌਮੀ ਘਰ ਦੀ ਪ੍ਰਾਪਤੀ ਲਈ ਕਦਮ ਚੁੱਕਣੇ ਚਾਹੀਦੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।